ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਹਲੋਣਾ ਪੈਂਦਾ ਸੀ ਕੌਮ ਨੂੰ, ਆਪਣੇ ਆਪ ਆਉਂਦੇ ਸੀ, ਜਾਂ ਜੇ ਆਪਣੇ ਆਪ ਉਦੋਂ ਇਸ ਤਰ੍ਹਾਂ ਹੁੰਦਾ ਸੀ, ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ, ਤਾਂ ਅੱਜ ਸਾਡੀ ਕੌਮ ਇੰਨੀ ਡਿੱਗ ਕਿਉਂ ਗਈ ਜੀ? ਅਸੀਂ ਜਿਹੜਾ ਸੁਖੀ ਰੋਟੀ ਖਾਂਦਾ ਨਾ, ਉਹ ਤਾਂ ਆਪਦੇ ਘੇਰੇ 'ਚੋਂ ਨਹੀਂ ਜੇ ਨਿਕਲਦਾ, ਨਾ ਉਦੋਂ ਨਿਕਲਿਆ ਸੀ ਅਤੇ ਨਾ ਅੱਜ। ਕੀ ਤੁਸੀਂ ਮੰਨਦੇ ਜੇ ਵੀ ਉਹ 8 ਮਹੀਨੇ ਘੇਰਾ ਪਿਆ ਰਿਹਾ ਅਤੇ ਉੱਥੇ ਅੰਮ੍ਰਿਤਸਰ ਤੱਕ ਸਿੱਖਾਂ ਨੂੰ ਖਬਰ ਨਾ ਲੱਗੇ, ਅਤੇ ਮਾਂ ਦੇ ਨਾਲ 500-700 ਸਿੱਖ ਸੀ, ਕਿੰਨੇ ਸਿੱਖ ਸੀ, ਕਿੰਨੇ ਸੀ ਦੱਸੋ? ਫਿਰ 8 ਮਹੀਨੇ ਹੋ ਗਏ, ਨਹੀਂ ਪਤਾ ਲੱਗਾ। ਜਿਹੜਾ ਸੁਖੀ ਰੋਟੀ ਖਾਂਦਾ ਜੀ, ਉਹ ਨਹੀਂ ਜੇ ਨਿਕਲਦਾ, ਅੱਜ ਵੀ ਨਹੀਂ ਨਿਕਲਦਾ। ਸਾਡਿਆਂ ਲੀਡਰਾਂ ਦਾ ਬੇੜਾ ਗਰਕ ਕਰਦਾ ਅਤੇ ਰਹਿੰਦਾ ਡੇਰਿਆਂ ਵਾਲਿਆਂ ਬਾਬਿਆਂ ਕਰਦਾ। ਮਾਲਾ ਨਾਲ ਪੁੱਤਰੋ ਕੋਈ ਮਸਲਾ ਨਹੀਂ ਹੱਲ ਹੁੰਦਾ, ਰੱਬ ਨੂੰ ਯਾਦ ਹੀ ਕੀਤਾ ਜਾ ਸਕਦਾ, ਅਤੇ ਉਹ ਤਾਂ ਸਾਡਾ ਗੁਰੂਆਂ ਦਾ ਤੁਰਦੇ ਫਿਰਦੇ ਵੀ ਕਰ ਸਕਦੇ ਜੀ। ਵੀ ਸਾਡਾ ਸਭ ਤੋਂ ਸਿਰੇ ਦਾ ਜਿਹੜਾ ਰੈਂਕ ਆ ਅਕਾਲ ਤਖ਼ਤ ਦਾ ਜਹੇਦਾਰ, ਅਤੇ ਉਹ ਪੁੱਤ ਸਾਰੀ ਸੰਗਤ ਦੇ ਸਾਹਮਣੇ ਅਤੇ ਗੁਰੂ ਦੇ ਸਾਹਮਣੇ ਝੂਠ ਬੋਲੀ ਜਾਂਦਾ। ਜਥੇਦਾਰ ਅਕਾਲੀ ਫੂਲਾ ਸਿੰਘ ਦਾ ਤਾਂ ਇੱਕ ਬੋਲ ਹੀ ਬਹੁਤ ਧੜਲੇ ਵਾਲਾ ਹੁੰਦਾ ਸੀ। ਅੱਜ ਸਾਡੇ ਜਥੇਦਾਰ ਤਾਂ ਕੌਮ ਦੇ ਅੱਗੇ ਬੇਨਤੀਆਂ ਕਰਦੇ, ਮੈਂ ਕੌਮ ਕਹਿੰਦੇ, ਉਹ ਕਹਿੰਦੇ ਅਸੀਂ ਨਹੀਂ ਤੁਹਾਨੂੰ ਸਿਆਣਦੇ ਜੀ, ਨੌਬਤ ਕਿਉਂ ਆਏ ਜੀ? ਇਹਨੇ ਬਾਦਲ ਪਰਿਵਾਰ ਨੇ ਕਰਦੇ ਆ ਨਾ, ਇਹ ਤਾਂ ਬਾਦਲ ਪਰਿਵਾਰ ਕਰਦੇ। ਤੁਸੀਂ ਵੇਖਿਆ ਨਹੀਂ ਸੀ ਇੱਕ ਵਾਰ ਜਦੋਂ ਉਹਨਾਂ ਲਾਇਆ ਸੀ ਹਰਪ੍ਰੀਤ ਨੂੰ, ਅਤੇ ਕਿਵੇਂ ਇੱਕ ਪਾਰਟੀ 'ਚ ਬਹਿ ਕੇ ਬੇਸ਼ਰਮਾਂ ਨੂੰ ਹੱਸਣ ਡਿਆ ਸੀ? ਇਹ ਜਹੇਦਾਰ ਦਾ ਹਾਸਾ ਸਾਡੀ ਕੌਮ ਦਾ ਕੀ ਹਾਲ ਹੋਇਆ? ਅਤੇ ਉਸ ਇਹ ਬਾਦਲਾਂ ਦੀ ਜ਼ਿੰਮੇਵਾਰੀ ਸੀ, ਅਤੇ ਇਹ ਵੇਖ ਲਓ ਨਾ ਖੂਜ, ਉਹ ਤਾਂ ਚਾਹੁੰਦੇ ਮੇਟੀ ਜਾਣ ਸਭ ਕੁਝ, ਕੋਈ ਨਿਸ਼ਾਨ ਰਵੇ ਹੀ ਨਾ। ਸੁਖਬੀਰ ਸਿੰਘ ਬਾਦਲ ਨੇ ਮਾਫ਼ੀ ਮੰਗ ਲਈ ਜੀ, ਉਹ ਕਹਿੰਦੇ ਸਾਡੇ ਤੋਂ ਗੁਨਾਹ ਹੋਏ, ਜਿਹੜੇ ਵੀ ਗਲਤੀਆਂ ਹੋਈਆਂ ਸਾਨੂੰ ਮਾਫ਼ ਕਰ ਦਿਓ। ਉਹ ਤਾਂ ਮੇਰੇ ਕੋਲ ਚਿੱਠੀਆਂ ਪਈਆਂ ਜਿਨ੍ਹਾਂ 'ਤੇ ਸਾਈਨ ਕਰਕੇ ਬਾਦਲ ਨੇ ਅਟੈਕ ਕਰਾਇਆ। ਆ ਇਹ ਕਹਿੰਦੇ ਨਹੀਂ ਰਹੇ ਜਦੋਂ ਮੁੰਡਾ ਅੰਮ੍ਰਿਤਪਾਲ ਵਿਚਾਰਾ, ਉਹ ਕੋਈ ਐਡੀ ਵੱਡੀ ਗੱਲ ਵੀ ਨਹੀਂ, ਅਤੇ ਮਜੀਠੀਆ ਆਉਂਦਾ ਸੀ ਮੈਨੂੰ 5 ਮਿੰਟ ਮੈਨੂੰ ਦੇ ਉਹਦੇ, ਮੈਨੂੰ ਸਿੱਧੂ ਘਰ ਸਿੱਧਾ ਕਰ ਦੂੰਗਾ। ਹਰਿਆਣੇ 'ਚ ਇੰਨਾ ਕੁਛ ਹੋ ਗਿਆ, ਵਿੱਚੇ ਪੁਲਿਸ ਜਿਉਂ ਦੀ ਸਾੜਤੀ, ਕਿਸੇ 'ਤੇ ਐਨਐਸਏ ਨਹੀਂ ਲੱਗੀ। ਅਤੇ ਜਨਾਨੀਆਂ ਤੁਸੀਂ ਵੇਂਦੇ ਕਿਵੇਂ ਖਿੱਚੀ ਫਿਰਦੇ ਰਹੇ ਯਾਰ, ਇਹ ਕੋਈ ਇਨਸਾਨੀਅਤ ਆ? ਇਹੋ ਜਿਹਾ ਰਾਜ ਚਾਹੀਦਾ। ਮੈਂ ਤਾਂ ਕੱਲ੍ਹ ਵੇਖਿਆ ਇੱਕ ਮੁਸਲਮਾਨ 80 ਸਾਲ ਦਾ ਸੀ, ਅਤੇ 40-50 ਗੁੰਡੇ ਉਹਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਮੁੜ ਕੇ ਉਹਨੂੰ ਬੰਨ੍ਹ ਕੇ ਇਸ ਤਰ੍ਹਾਂ ਬੈਠੇ, ਅਤੇ ਉੱਥੋਂ ਜ਼ਮੀਨ ਤੋਂ ਕੋਈ ਫੜ ਕੇ ਖਾਣ ਡਿਆ, ਪਤਾ ਨਹੀਂ ਗੋਹਾ ਖਵਾਉਂਦੇ ਕਿ ਕੀ ਪਾਉਂਦੇ। ਮੌਜੂਦਾ ਸਰਕਾਰ ਦਾ ਤਾਂ ਰਾਜ ਵਧੀਆ ਹੋਣਾ ਜੀ, ਹੁਣ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਾਲਾ ਆ ਗਿਆ ਜੀ ਹੁਣ। ਪੁੱਤ ਨਕਲੀ ਤਾਂ ਨਕਲੀ ਹੁੰਦੇ ਹਨ, ਕਦੇ ਕਦੇ ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਧੀਆਂ ਭੈਣਾਂ ਦੀਆਂ ਜਿੱਤਾਂ ਬਚਾਉਂਦੇ ਬਚਾਉਣ ਵਾਲੇ ਹਾਂ, ਹੁਣ ਤਾਂ ਆਪ ਛੱਡਣ ਲੱਗ ਗਏ, ਛੱਡ ਕੇ ਪੈਲਸਾਂ ਦੇ ਵਿੱਚ ਜੀ ਨੱਚਣ ਲਈ, ਜਾਂ ਫਿਰ ਉਹ ਪਲੇਟਾਂ ਫੜਾਉਣ ਨੂੰ ਵੀ ਅੱਜ ਕੱਲ੍ਹ ਕੁੜੀਆਂ ਧੀਆਂ ਲਾ ਦਿੱਤੀਆਂ ਜੀ ਆਪਾਂ ਨੇ, ਅਤੇ ਸ਼ਰਾਬ ਪਿਲਾਉਣ ਨੂੰ ਟੀਕਿਆਂ ਦੇ ਵਿੱਚ ਸ਼ਰਾਬ, ਅਤੇ ਅਸੀਂ ਕਿਹੜੇ ਰਾਹ ਤੁਰ ਪਏ ਜੀ? ਉਹ ਸ਼ਾਦੀਆਂ ਕਰਾਈ ਜਾਂਦੇ ਨਕਲੀ, ਅਤੇ ਬਾਹਰ ਜਾਣ ਲਈ ਸ਼ਾਦੀਆਂ ਹੋਈਆਂ ਨੇ ਪੁੱਤ, ਕਿੱਥੋਂ ਕਿਹੜੀ ਇਹਨਾਂ ਨੂੰ ਮਾਰ ਪਈ? ਮੈਨੂੰ ਤਾਂ ਲੱਗਦਾ ਆ ਡੇਰੇ ਆ ਜਿਹੜੇ ਡੇਰਿਆਂ ਨੇ ਮਾਰ ਕੀਤੀ, ਡੇਰਿਆਂ ਵਾਲੇ ਬਾਬੇ ਵਿਹਲੇ ਰਹਿੰਦੇ ਆ, ਅਤੇ ਉਹਨਾਂ ਨੂੰ ਲਾਈ ਜਾਂਦੇ ਵੀ ਇੱਥੇ ਸਾਡੇ ਵਾਲੇ ਤੁਰੀ ਜਾਣ, ਅਤੇ ਆ ਬਸ ਸਾਡੇ ਪੈਰ ਫੁੱਟੀ ਜਾਓ ਅਤੇ ਠੀਕ ਹੈ ਇੱਥੇ ਆ ਜਾਓ। ਇਹ ਕਿਵੇਂ ਹੋ ਸਕਦਾ ਵੀ ਆਹ ਜਿਹੜੇ ਬਾਬੇ ਆਪਦੀਆਂ ਬਰਸੀਆਂ ਮਨਾਉਂਦੇ, ਉਹ ਪੂਰੀ ਤਰੀਕ 'ਤੇ ਮਨਾਉਂਦੇ ਨਾ ਹਰ ਤਰੀਕ 'ਤੇ, ਅਤੇ ਸਾਡੇ ਗੁਰੂ ਦਾ ਕਈ ਵਾਰ ਸਾਲ 'ਚ 2 ਵਾਰ ਆ ਜਾਂਦਾ, ਅਤੇ ਕਿਸੇ ਸਾਲ 'ਚ ਆਉਂਦਾ ਹੀ ਨਹੀਂ। ਚਮਕੀਲਾ ਕਿੱਥੇ ਮਰਿਆ 80% ਲੋਕਾਂ ਨੂੰ ਪਤਾ ਹੋਣਾ, ਮਹਾਰਾਜਾ ਰਣਜੀਤ ਸਿੰਘ ਬਾਰੇ ਸਾਨੂੰ ਪਤਾ ਨਹੀਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਦੇ ਲਈ ਮੋਰਚਾ ਲੱਗਾ ਹੋਇਆ, ਅਤੇ ਮੋਰਚੇ ਦੇ ਵਿੱਚ ਦੂਰੋਂ ਦੂਰੋਂ ਹੁਣ ਸੰਗਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਿਆ, ਜਿਵੇਂ ਜਿਵੇਂ ਵੀ ਪਤਾ ਲੱਗ ਰਿਹਾ ਤਾਂ ਸੰਗਤਾਂ ਦੀ ਆਮਦ ਇੱਥੇ ਹੋ ਰਹੀ ਹੈ, ਤਾਂ ਬਹੁਤ ਦੂਰੋਂ ਇੱਕ ਜਥਾ ਆਇਆ, ਗੱਲਬਾਤ ਕਰਦੇ ਹਾਂ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਬਜ਼ੁਰਗ ਤੁਹਾਡਾ? ਪ੍ਰਗਟ ਸਿੰਘ ਜੀ। ਪ੍ਰਗਟ ਸਿੰਘ ਜੀ ਕਿੱਥੋਂ ਆਏ ਜੀ ਬਾਬਾ ਜੀ? ਫਿਰੋਜ਼ਪੁਰ ਤੋਂ ਆਏ, ਬਿਲਕੁਲ ਫਿਰੋਜ਼ਪੁਰ ਤੋਂ 15-14 ਕਿਲੋਮੀਟਰ ਬਾਰਡਰ ਸਾਈਡ ਤੋਂ ਸਾਡਾ ਪਿੰਡ ਆ, ਵਾਕਾ ਮੋੜ, ਵਾਕਾ ਪਿੰਡ, ਬੱਸੀ ਵਕੀਲ ਵਾਲੀ ਮਸਤੇ ਕੇ ਖਾਸ ਪਿੰਡ ਆ। ਅਤੇ ਅੱਜ ਕੱਲ੍ਹ ਦਿਹਾੜੇ ਚੱਲ ਰਹੇ ਆ ਜੀ, ਸ਼ਹੀਦੀ ਦਿਹਾੜੇ ਵੀ, ਉੱਧਰ ਮੱਥਾ ਟੇਕਣ ਆਉਂਦੇ ਆਉਂਦੇ ਤਾਂ ਨਹੀਂ ਇੱਥੇ ਆਏ ਜੀ, ਜਾਂ ਸਪੈਸ਼ਲ ਇੱਥੇ ਲਈ ਆਏ ਹੋ? ਅਸੀਂ ਤਾਂ ਸਪੈਸ਼ਲ ਹੀ ਪੁੱਤ ਆਏ ਹਾਂ, ਸਪੈਸ਼ਲ ਹੀ ਇੱਥੇ।
ਜਦੋਂ ਦੇਖਿਆ ਤੇ ਫਿਰ ਮਨ ਰੁਕਿਆ ਨਹੀਂ ਗਿਆ। ਕਿਵੇਂ ਪਤਾ ਲੱਗਿਆ ਜੀ ਤੁਹਾਨੂੰ? ਸਾਨੂੰ ਇਹ ਸਾਡੇ ਵੱਡੇ ਭਾਈ ਨੇ ਸਰਦਾਰ ਦਰਸ਼ਨ ਸਿੰਘ, ਇਹ ਫੇਸਬੁੱਕ 'ਤੇ ਦੇਖਿਆ ਅਤੇ ਇਹਨਾਂ ਮੇਰੇ ਨਾਲ ਫੋਨ 'ਤੇ ਗੱਲ ਕੀਤੀ ਵੀ ਉੱਥੇ ਜਿਹੜਾ ਨਿਸ਼ਾਨ ਲੱਗਾ ਸੀ ਖਾਲਸਾ ਰਾਜ ਦਾ ਅਤੇ ਉਹ ਖਤਰੇ ਵਿੱਚ ਆ ਅਤੇ ਉੱਥੇ ਕੋਈ ਸਿੰਘ ਬੈਠੇ ਨੇ ਆਪਣੇ ਦੋ ਤਿੰਨ ਕਾਫੀ ਦਿਨਾਂ ਤੋਂ, ਅਤੇ ਸੰਗਤ ਕੋਈ ਉਹਨਾਂ ਦਾ ਸਾਥ ਨਹੀਂ ਦੇ ਰਹੀ ਅਤੇ ਉਹਨਾਂ ਇਹ ਗੱਲ ਕੀਤੀ ਆ ਵੀ ਜੇ ਸੰਗਤ ਇਸੇ ਤਰ੍ਹਾਂ ਸਾਡਾ ਸਾਥ ਨਾ ਦਿੱਤਾ ਤਾਂ ਅਸੀਂ 30-31 ਤਰੀਕ ਨੂੰ ਅਰਦਾਸ ਕਰਦੇ ਨੇ ਵੀ ਸਤਿਗੁਰੂ ਪਾਤਸ਼ਾਹ ਜੀ ਤੁਹਾਡਾ ਖਾਲਸਾ ਖਤਮ ਹੋ ਗਿਆ। ਅਤੇ ਫਿਰ ਮਹਾਂਪੁਰਾਣ ਦੇ ਦੱਸ ਕੀ ਕਰੀਏ, ਕਿਹੜੇ ਬਣੇ ਖਲੋਣਾ, ਕਹਿੰਦੇ ਠੀਕ ਆ ਚੱਲਾਂਗੇ ਵੀ ਜੋ ਮਰਜ਼ੀ ਹੋਵੇ। ਫਿਰ ਪੁੱਤ ਅਸੀਂ ਮਨ ਕੀਤਾ ਅਤੇ ਆ ਗਏ। ਦੋ ਕੁ ਦਿਨ ਸਾਨੂੰ ਡਰਾਈਵਰ ਨਹੀਂ ਮਿਲਿਆ। ਫਿਰ ਇਹ ਵੀ ਸਾਡੇ ਵੱਡੇ ਭਰਾ ਨੇ ਨਾਲ ਦੇ ਪਿੰਡ ਦੇ ਸਰਪੰਚ ਨਰਦਾਸ ਸੁਚਾ ਸਿੰਘ, ਅਤੇ ਇਹ ਕਹਿੰਦੇ ਵੀ ਮੈਂ ਗੱਡੀ ਚਲਾਊਂਗਾ। ਮੈਂ ਚਲੋ ਫਿਰ ਮਨ ਕੀਤਾ ਅਤੇ ਆ ਗਏ। ਅਤੇ ਹੁਣ ਵਿਚਾਰ ਇਹ ਆ ਵੀ ਪੁੱਤ ਵੀ ਇਹਨੂੰ ਜੇ ਆਏ ਹਾਂ ਤਾਂ ਇਹਨੂੰ ਜਿਹੜੇ ਵੀ ਇੱਥੇ ਗੁਰੂ ਪਿਆਰੇ ਇਸ ਨੂੰ ਗਾਈਡ ਕਰ ਰਹੇ ਆ, ਕੋਈ ਇਹੋ ਜਿਹਾ ਸਮਾਂ ਸੀਮਾ ਸਰਕਾਰ ਨੂੰ ਦੇਈਏ, ਝੀਤਾਂ ਬੰਦ ਕਰ ਦਈਏ ਇੱਥੇ ਜਦ ਤੱਕ ਸਾਡਾ ਮਸਲਾ ਨਹੀਂ ਹੱਲ ਹੁੰਦਾ, ਫਿਰ ਅਸੀਂ ਵੀ ਆਪਦੇ ਵੱਡੇ ਦਲ ਬਲ ਦੇ ਨਾਲ ਜਿੰਨੇ ਜੋਗੇ ਹੋਏ ਇਕੱਠਾ ਕਰਕੇ ਆਈਏ, ਹੈ ਨਾ। ਕਿਉਂਕਿ ਹਲੇ ਤਾਂ ਮੰਨੇ ਹੋਏ ਆ ਜੀ, ਉਹ ਕਹਿੰਦੇ ਅਸੀਂ ਤੁਹਾਡੇ ਨਾਲ ਹੀ ਹਾਂ ਵੀ ਜੇ ਤੁਸੀਂ ਮਿਣਤੀ ਕਰਾ ਕੇ ਕੌਮ ਦੇ ਹਵਾਲੇ ਕਰ ਦਾਂਗੇ। ਪਰ ਪਰ ਮੈਂ ਇੱਕ ਗੱਲ ਇੱਥੇ ਪੁੱਛਣੀ ਚਾਹੁੰਦਾ ਬਾਪੂ ਜੀ, ਜਿਸ ਤਰ੍ਹਾਂ ਤੁਸੀਂ ਅੱਜ 31 ਦਸੰਬਰ ਦਾ ਸੁਣ ਕੇ ਆ ਗਏ ਹੋ, ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਹਲੂਣਾ ਪੈਂਦਾ ਸੀ ਕੌਮ ਨੂੰ? ਆਪਣੇ ਆਪ ਆਉਂਦੇ ਸੀ? ਜਾਂ ਜੇ ਆਪਣੇ ਆਪ ਉਦੋਂ ਇਸ ਤਰ੍ਹਾਂ ਹੁੰਦਾ ਸੀ, ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ, ਤਾਂ ਅੱਜ ਸਾਡੀ ਕੌਮ ਇੰਨੀ ਡਿੱਗ ਕਿਉਂ ਗਈ ਜੀ? ਅਸੀਂ ਤੁਸੀਂ ਚੈਨ ਨਾਲ ਚਲਾਉਂਦੇ ਜੇ, ਸੱਚ ਗੱਲ ਕਰਾਂ, ਜਿਹੜਾ ਸੁਖੀ ਰੋਟੀ ਖਾਂਦਾ ਨਾ ਉਹ ਤਾਂ ਆਪਦੇ ਘੇਰੇ 'ਚੋਂ ਨਹੀਂ ਜੇ ਨਿਕਲਦਾ, ਨਾ ਉਦੋਂ ਨਿਕਲਿਆ ਸੀ ਅਤੇ ਨਾ ਅੱਜ। ਕੀ ਤੁਸੀਂ ਮੰਨਦੇ ਜੇ ਵੀ ਉਹ 8 ਮਹੀਨੇ ਘੇਰਾ ਪਿਆ ਰਿਹਾ ਅਤੇ ਉੱਥੇ ਅੰਮ੍ਰਿਤਸਰ ਤੱਕ ਸਿੱਖਾਂ ਨੂੰ ਖਬਰ ਨਾ ਲੱਗੇ ਅਤੇ ਮਾਂ ਦੇ ਨਾਲ 500-700 ਸਿੱਖ ਸੀ? ਕਿੰਨੇ ਸਿੱਖ ਸੀ? ਕਿੰਨੇ ਸੀ ਦੱਸੋ? ਫਿਰ 8 ਮਹੀਨੇ ਹੋ ਗਏ, ਨਹੀਂ ਪਤਾ ਲੱਗਾ? ਉਹ ਜਿਹੜਾ ਸੁਖੀ ਰੋਟੀ ਖਾਂਦਾ ਜੇ ਉਹ ਨਹੀਂ ਜੇ ਨਿਕਲਦਾ, ਅੱਜ ਵੀ ਨਹੀਂ ਨਿਕਲਦਾ, ਇਹ ਪ੍ਰੋਬਲਮ ਆ। ਨਹੀਂ ਤਾਂ ਅਸੀਂ ਰੋਜ਼ ਗੁਰੂ ਦੇ ਹਾਜ਼ਰ ਦੋਹਰਾ ਪੜ੍ਹਦੇ ਨਾ, ਸਾਰੇ ਸਿੱਖ ਪੜ੍ਹਦੇ ਆ ਪੁੱਤ, ਅਤੇ ਜਦੋਂ ਗ੍ਰੰਥੀ ਅਰਦਾਸ ਕਰਦਾ ਉਹ ਮਹਾਰਾਜ ਨੂੰ ਕਿੰਨੇ ਲਕਬ ਦਿੰਦਾ ਵੀ ਇਹ ਦੋ ਜਹਾਨ ਦਾ ਮਾਲਕ, ਜਾਨੀ ਜਾਨ ਘੱਟ ਘੱਟ ਦੀ ਜਾਣਨ ਵਾਲਾ, ਅਤੇ ਉਹਦੇ ਨਾਲ ਹੀ ਅਸੀਂ ਦੋਹਰਾ ਪੜ੍ਹਦੇ ਅਤੇ ਬਾਹਰ ਆਉਂਦੇ ਹਾਂ ਖੇਤ ਸਿੱਖ ਨੂੰ ਪੁੱਛੀਏ ਖਾਲਸਾ ਲੈਣਾ, ਆਉਂਦਾ ਨਹੀਂ ਯਾਰ ਛੱਡ ਛੱਡ, ਅਤੇ ਦੱਸੋ ਫਿਰ ਕਿੱਥੇ ਆ ਪੁੱਤਰੋ? ਗੱਲ ਤਾਂ 47 'ਚ ਵਿਗੜੀ ਆ। ਜੇ ਅਸੀਂ ਜਿਨ੍ਹਾਂ ਨਾਲ ਲੋਕਾਂ ਦੇ ਨਾਲ ਸਾਡਾ ਹੋ ਗਿਆ ਨਾ ਕਨੈਕਸ਼ਨ, ਅਸੀਂ ਰਲਣ ਦਾ ਫੈਸਲਾ ਕਰ ਲਿਆ, ਉਹ ਲੋਕ ਮਾਇਆ ਨੂੰ ਇਸ਼ਟ ਮੰਨਦੇ ਆ ਅਤੇ ਉਹਨਾਂ ਸਾਡਿਆਂ ਲੀਡਰਾਂ ਦਾ ਬੇੜਾ ਗਰਕ ਕਰਦਾ ਅਤੇ ਰਹਿੰਦਾ ਡੇਰੇ ਵਾਲਿਆਂ ਬਾਬਿਆਂ ਕਰਤਾ ਜਿਨ੍ਹਾਂ ਨੇ ਹੱਥ 'ਚੋਂ। ਉਹ ਤੂੰ ਇੱਕ ਪੜ੍ਹਿਆ ਹੋਣਾ ਉਹਦਾ ਮਿਰਜ਼ੇ ਗਾਲਬ ਦਾ ਸ਼ਹਿਰ, ਉਹ ਆਉਂਦਾ ਸ਼ਿਕਾਇਤ ਹੈ ਖੁਦਾਵੰਦ ਮੁਝੇ ਤੇਰੇ ਮਕਤਬ ਸੇ ਕਿ ਸਬਕ ਸ਼ਾਹੀ 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 ਕੇ ਬੱਚੋਂ ਕੋ ਦੇ ਰਹੇ ਖਾਕਬਾਜ਼ੀ ਕਾ, ਵੀ ਇਹ ਜਿਹੜੇ ਤੇਰੇ ਕਥਾਕਾਰ ਇਹ ਬਾਣੀਆਂ 'ਚ ਉਲਝਾਈ ਜਾਂਦੇ, ਹਥਿਆਰ ਛੱਡ ਕੇ ਅਤੇ ਨਾ ਮਾਲਾ ਫੜਾਤੀ ਆ। ਮਾਲਾ ਨਾਲ ਪੁੱਤਰੋ ਕੋਈ ਮਸਲਾ ਨਹੀਂ ਹੱਲ ਹੁੰਦਾ, ਰੱਬ ਨੂੰ ਯਾਦ ਹੀ ਕੀਤਾ ਜਾ ਸਕਦਾ, ਅਤੇ ਉਹ ਤਾਂ ਸਾਡਾ ਗੁਰੂ ਕਹਿੰਦਾ ਤੁਰਦੇ ਫਿਰਦੇ ਵੀ ਕਰ ਸਕਦੇ ਜੇ ਆਉਂਦਾ ਨਾ। ਫਿਰ ਜਦੋਂ ਅਸੀਂ ਆਪਦੇ ਰਾਈਟ ਛੱਡ ਦਿੱਤੇ, ਜਿਹੜੇ ਫਿਰ ਸਾਡੇ ਜਿਹੜੇ ਮੁੱਖ ਲੀਡਰ ਸੀ, ਅੱਜ ਗੱਲ ਸਾਡੀ ਇੱਥੇ ਅੱਪੜ ਗਈ ਆ ਵੀ ਸਾਡਾ ਸਭ ਤੋਂ ਸਿਰੇ ਦਾ ਜਿਹੜਾ ਰੈਂਕ ਆ ਅਕਾਲ ਤਖ਼ਤ ਦਾ ਜਥੇਦਾਰ, ਅਤੇ ਉਹ ਪੁੱਤ ਸਾਰੀ ਸੰਗਤ ਦੇ ਸਾਹਮਣੇ ਗੁਰੂ ਦੇ ਸਾਹਮਣੇ ਝੂਠ ਬੋਲੀ ਜਾਂਦਾ, ਅਤੇ ਕਿੱਥੇ ਸਾਡਿਆਂ ਪੁਰਖਿਆਂ ਨੇ ਸੱਚ 'ਤੇ? ਉਹ ਭਾਈ ਤਾਰੂ ਸਿੰਘ ਦਾ ਪੜ੍ਹਿਆ ਹੋਣਾ, ਤੁਸੀਂ ਵੀ ਪੜ੍ਹਿਆ ਹੋਣਾ, ਉਹ ਸੂਬਾ ਕੀ ਕਹਿੰਦਾ, ਤੈਨੂੰ ਚੁਣਵੀਆਂ ਵਿਆਹ ਦਿਆਂ ਬੇਵਾਂ ਪਰੀਆਂ ਸਾਹਮਣੇ ਜਿਨ੍ਹਾਂ ਦੇ ਸ਼ਰਮਾਨ ਸਾਫ ਦਿਆਂ ਸਰਦਾਰ ਤੈਨੂੰ ਕੁੱਲ 'ਤੇ ਨਿਉਂ ਨਿਉਂ ਕਰਨ ਸਲਾਮਾਂ ਖਾਣ, ਸਿੱਖੀ ਸਿੱਖੀ ਕੂਕ ਮੌਤਾਂ ਸੇੜੋ ਦੀਨ ਛੱਡ ਦੇ ਦੋ ਜਾ ਮੁਸਲਮਾਨ, ਨਹੀਂ ਤਾਂ ਵਾਂਗਰਾਂ ਭਰਾਵਾਂ ਹੋਰਾਂ ਜਾਸੇ ਮਾਰਿਆਂ ਕੱਢੂ ਜਾਸੇ ਮਾਰਿਆਂ ਝੱਲੂ ਦੁੱਖ ਜਾਣ,
ਗੰਨੇ ਵਾਂਗਰਾਂ ਸਲੀਪ ਸਰੀਰ ਪੀੜ ਸੀਤਲਾ ਕੱਢ ਹੱਡਾਂ ਵਿੱਚੋਂ ਲੈਣਗੇ ਪ੍ਰਾਣ। ਪਰ ਉਹਨਾਂ ਦੇ ਮੌਤ ਨੂੰ ਦਿੱਤੀ ਨਾ ਸਾਡੀ, ਜੇ ਹੋਂਦ ਹੀ ਨਹੀਂ ਤਾਂ ਦੂਜੀਆਂ ਚੀਜ਼ਾਂ ਸਾਡੇ ਵਾਸਤੇ ਕੁਛ ਵੀ ਨਹੀਂ। ਜੇ ਸਾਡੀ ਹੋਂਦ ਹੀ ਨਹੀਂ, ਸਮਾਂ ਪੁੱਤਰੋ ਇਹੋ ਜਿਹਾ ਸੀ, ਅਸੀਂ ਲੋਕ ਸ਼ੂਦਰ ਸਾਂ, ਛੂਦਰ ਸਾਂ, ਅਤੇ ਜਿਹੜੇ ਉੱਚੇ ਲੋਕ ਸੀ ਉਹਨਾਂ ਦੀਆਂ ਬਸਤੀਆਂ ਵੱਢ ਸੀ, ਸਾਡੀਆਂ ਵੱਢ ਸੀ, ਅੱਡ ਸੀ। ਸਾਨੂੰ ਜੇ ਕਿਤੇ ਮਜਬੂਰੀ ਵੱਸ ਉਹਨਾਂ ਦੇ ਵਿੱਚ ਦੀ ਲੰਘਣਾ ਪੈਂਦਾ ਨਾ, ਤਾਂ ਉਹਨਾਂ ਨੇ ਇੱਕ ਸਮਾਂ ਬਣਾਇਆ ਸੀ ਵੀ ਤੁਸੀਂ 12 ਤੋਂ 2 ਵਜੇ ਲੰਘ ਸਕਦੇ, ਜੇ ਕਿ ਤੁਹਾਡਾ ਪਰਛਾਵਾਂ ਥੋੜ੍ਹਾ ਜਿਹਾ ਐਨ ਨੂੰ ਨਾ ਚਲਿਆ ਜੇ, ਜਾਂ ਐਨ ਨੂੰ ਨਾ ਚਲਿਆ ਜੇ ਤਾਂ ਉੱਚੀ ਜਾਤ ਵਾਲਾ ਲੰਘੂ ਤਾਂ ਉਹ ਪਿੱਟਿਆ ਜਾਊ। ਅਤੇ ਉਹ ਫਿਰ ਕੀ ਹੋਇਆ ਵੀ ਫਿਰ ਜੇ ਕਿਤੇ ਤੁਸੀਂ ਮਜਬੂਰੀ ਵੱਸ ਲੰਘਣਾ ਹੈ ਅਤੇ ਫਿਰ ਤੁਹਾਨੂੰ ਆਪਦਿਆਂ ਲੱਕਾਂ ਨਾਲ ਵੱਡੇ ਵੱਡੇ 2 ਡੰਡਿਆਂ ਵਾਲੇ ਮਾਂਜੇ ਬਣੇ ਹੁੰਦੇ, ਉਹ ਫੇਰਨੇ ਪੈਂਦੇ ਸੀ ਵੀ ਜੇ ਮਜਬੂਰੀ ਵੱਸ ਲੰਘਣਾ ਤਾਂ ਉਹ ਰਾਹ ਇਨਸਾਫ ਨੂੰ ਕਰਕੇ ਜਾਓ। ਅਤੇ ਸਾਡੇ ਗੁਰੂ ਨੇ ਪੁੱਤਰੋ ਸਾਨੂੰ ਉਹ ਛੂਦਰਾਂ ਤੋਂ ਸਰਦਾਰ ਬਣਾਤਾ, ਭਾਵੇਂ ਬਾਈਡਨ ਵੀ ਹੋਵੇ ਜੇ ਸਿੱਖ ਤੁਰਿਆ ਤਾਂ ਉਹ ਸਰਦਾਰ ਜੀ ਕਹੂਗਾ ਤੁਹਾਨੂੰ। ਅਤੇ ਪਤਾ ਨਹੀਂ ਇਹ ਗੁਰੂ ਦੀ ਐਡੀ ਵੱਡੀ ਦਾਤ ਸਿੱਖਾਂ ਨੇ ਭੁਲਾ ਕਿਉਂ ਦਿੱਤੀ ਆ, ਅਸੀਂ ਤਾਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਾਂ। ਬਾਕੀ ਹੁਣ ਬੁੱਢੇ ਹੋ ਗਏ ਹਾਂ, ਸਭ ਕੁਛ ਅਸੀਂ ਸਰੀਰ 'ਤੇ ਝੱਲਿਆ ਹੈ, 84 ਤੋਂ ਵਾਲਾ ਜੋ ਕੁਛ ਅਸੀਂ ਸਰੀਰ 'ਤੇ ਝੱਲਿਆ, ਅਤੇ ਨਹੀਂ ਰਿਹਾ ਜਾਂਦਾ ਜਦੋਂ ਵੇਖ ਲੱਗਦੇ ਇਹੋ ਜਿਹੀ ਕੋਈ ਗੱਲ ਸਿੱਖੀ ਦੀ ਹੋਂਦ ਨੂੰ, ਜਦੋਂ ਕੋਈ ਇਹੋ ਜਿਹੀ ਆਉਂਦੀ ਆ ਗੱਲ, ਤਾਂ ਉਦੋਂ ਮਨ 'ਚ ਆਉਂਦੀ ਵੀ ਯਾਰ ਪਤਾ ਨਹੀਂ ਜੇ ਭਲ ਕੇ ਮਰ ਗਏ ਤਾਂ ਫਿਰ ਕਿਹੜੇ ਕਿਹੜਾ ਆ ਜਾਣਾ। ਤੁਸੀਂ ਜਥੇਦਾਰਾਂ ਦੀ ਗੱਲ ਕੀਤੀ ਸੀ, ਜਥੇਦਾਰ ਅਕਾਲੀ ਫੂਲਾ ਸਿੰਘ ਦਾ ਤਾਂ ਇੱਕ ਬੋਲ ਹੀ ਬਹੁਤ ਧੜਲੇਲਾ ਹੁੰਦਾ ਸੀ, ਅੱਜ ਸਾਡੇ ਜਥੇਦਾਰ ਤਾਂ ਕੌਮ ਦੇ ਅੱਗੇ ਬੇਨਤੀਆਂ ਕਰਦੇ, ਮੈਂ ਕੌਮ ਕਹਿੰਦੇ, ਉਹ ਕਹਿੰਦੇ ਅਸੀਂ ਨਹੀਂ ਤੁਹਾਨੂੰ ਸਿਆਣਦੇ ਜੀ, ਨੌਬਤ ਕਿਉਂ ਆਈ ਜੀ? ਜਥੇਦਾਰ ਅਕਾਲੀ ਫੂਲਾ ਸਿੰਘ, ਉਹ ਤੋਂ ਬਾਅਦ ਹਨੂੰਮਾਨ ਸਿੰਘ ਜੀ ਹੋ ਗਏ ਜੀ, ਅਤੇ ਉਹ ਧੜਲੇ ਵਾਲੇ ਸਿੰਘ ਸੀਗੇ। ਬਿਲਕੁਲ, ਪਰ ਹੁਣ ਇਹ ਇੱਥੇ ਲਾ ਕੇ ਹੁਣ ਇਹਨੇ ਬਾਦਲ ਪਰਿਵਾਰ ਨੇ ਕਰਤੇ ਆ ਨਾ, ਇਹ ਤਾਂ ਬਾਦਲ ਪਰਿਵਾਰ ਕਰਤੇ। ਤੁਸੀਂ ਵੇਖਿਆ ਨਹੀਂ ਸੀ ਇੱਕ ਵਾਰ ਜਦੋਂ ਉਹਨਾਂ ਲਾਇਆ ਸੀ ਹਰਪ੍ਰੀਤ ਨੂੰ, ਅਤੇ ਕਿਵੇਂ ਇੱਕ ਪਾਰਟੀ 'ਚ ਬਹਿ ਕੇ ਬੇਸ਼ਰਮਾਂ ਨੂੰ ਹੱਸਣ ਲਿਆ ਸੀ, ਇਹ ਜਹੇਦਾਰ ਦਾ ਹਾਸਾ ਸਾਡੀ ਕੌਮ ਦਾ ਕੀ ਹਾਲ ਹੋਇਆ ਤੇ ਹੱਸਣ ਲਿਆ? ਇਹ ਫਿਰ ਇਹ ਨਲਾਇਕੀ ਇਹ ਬਾਦਲ ਪਰਿਵਾਰ ਨੂੰ ਤੁਸੀਂ ਦੋਸ਼ ਦਿੰਦੇ? ਨਹੀਂ, ਮਹਾਰਾਜਾ ਰਣਜੀਤ ਸਿੰਘ ਤਾਂ ਜੀ ਅਕਾਲੀ ਫੂਲਾ ਸਿੰਘ ਜੀ ਨੂੰ ਉਹ ਨਹੀਂ ਕਰ ਸਕਿਆ ਜੀ, ਖਰੀਦ ਨਹੀਂ ਸਕਿਆ, ਉਹ ਤਾਂ ਬੰਨ ਹੈ ਅਤੇ ਕੋਈ ਫੌਜ ਨਹੀਂ ਆਈ, ਸਿੱਖ ਫੌਜ ਨੇ ਜਵਾਬ ਦਿੱਤਾ, ਮੁਸਲਮਾਨ ਫੌਜ ਨੇ ਜਵਾਬ ਮੰਨਿਆ ਵੀ ਆ ਜੀ ਨਾਲ, ਹਾਂ ਮੰਨਿਆ, ਮਿਹਨਤ ਕੀਤੀ ਆਣ ਕੇ। ਅਤੇ ਫਿਰ ਇਹ ਜੋ ਕੁਛ ਹੋਇਆ ਇਹ ਬਾਦਲ ਪਰਿਵਾਰ ਕਰਕੇ ਹੋਇਆ। ਮੈਂ ਤਾਂ ਅੱਜ ਵੀ ਇਹ ਗੱਲ ਕਰਾਂਗਾ, ਜਿਹੜੇ ਸਾਡੇ ਵੀਰ ਬਾਦਲ ਦਾਲ ਨਾਲ ਜਲਦੇ ਆ, ਅੱਜ ਵੇਖ ਲਓ ਯਾਰ, ਇਹ ਜ਼ਿੰਮੇਵਾਰੀ ਉਹਨਾਂ ਦੀ ਸੀ, ਇਹ ਬਾਦਲਾਂ ਦੀ ਜ਼ਿੰਮੇਵਾਰੀ ਸੀ, ਅਤੇ ਇਹ ਵੇਖ ਲਓ ਉਹਨਾਂ ਖੂਜ, ਉਹ ਤਾਂ ਚਾਹੁੰਦੇ ਮਿਟੀ ਜਾਣ ਸਭ ਕੁਛ, ਕੋਈ ਨਿਸ਼ਾਨ ਰਵੇ ਹੀ ਨਾ। ਤੁਸੀਂ ਵੇਖਿਆ ਨਾ, ਤੂੰ ਚੈਨਲ ਚਲਾਉਣਾ, ਤੂੰ ਜਾਣਦਾ, ਤੇਰੇ ਨਾਲ ਵੀ ਬਹੁਤ ਧੱਕਾ ਹੋਇਆ, ਮੈਨੂੰ ਸਾਰੀ ਭੁਰ ਭੁਰ ਗੱਲ ਦਾ ਪਤਾ। ਅਤੇ ਪਰ ਉਹ ਸਰਕਾਰ ਤਾਂ ਚਾਹੁੰਦੀ ਆ ਵੀ ਤੁਹਾਡਾ ਕੋਈ ਨਿਸ਼ਾਨ ਰਹੇ ਹੀ ਨਾ। ਇਹ ਆਉਂਦੇ ਸਾਨੂੰ ਗੱਦੀ ਮਿਲਦੀ ਰਹੇ, ਕੁਛ ਰਹਿੰਦਾ ਅਤੇ ਰਹਿੰਦਾ, ਨਾ ਰਹਿੰਦਾ ਅਤੇ ਨਾ ਰਹੇ, ਸਾਨੂੰ ਕੋਈ ਪ੍ਰੋਬਲਮ ਨਹੀਂ ਇਸ ਪਰਿਵਾਰ ਨੂੰ। ਬਾਦਲ ਨੇ ਤਾਂ ਜੀ, ਸੁਖਬੀਰ ਸਿੰਘ ਬਾਦਲ ਨੇ ਮਾਫ਼ੀ ਮੰਗ ਲਈ ਜੀ, ਉਹ ਕਹਿੰਦੇ ਸਾਡੇ ਤੋਂ ਗੁਨਾਹ ਹੋਏ, ਜਿਹੜੇ ਵੀ ਗਲਤੀਆਂ ਹੋਈਆਂ ਸਾਨੂੰ ਮਾਫ਼ ਕਰ ਦਿਓ। ਪੁੱਤ ਮੇਰੇ ਕੋਲ ਚਿੱਠੀਆਂ ਪਈਆਂ ਜਿਨ੍ਹਾਂ 'ਤੇ ਸਾਈਨ ਕਰਕੇ ਬਾਦਲ ਨੇ ਅਟੈਕ ਕਰਾਇਆ, ਬਾਦਲ ਨੇ ਫੌਜੀਆਂ ਨੂੰ ਆਪ BBC ਦੇ ਕੋਲ ਰਿਕਾਰਡ ਪਿਆ ਵੀ ਫੌਜੀ ਜਿਹੜੇ ਸਿੱਖ ਫੌਜੀ ਬਗਾਵਤ ਕਰਨ, ਉਹਨਾਂ ਦੀ ਵੀ ਮਾਫ਼ੀ ਮੰਗ ਲਈ ਹੋਵੇ, ਕਿਆ ਪਤਾ ਵਿੱਚੇ ਸਾਰੀ ਉਹਨੀ ਮੰਗ ਲਈ ਉਹਨਾਂ ਨੇ, ਓਲਖੇ ਤਾਂ ਨਹੀਂ ਮੰਗੀ ਪੁੱਤ ਕੋਈ, ਮੈਂ ਇਸ ਚੀਜ਼ ਦੀ ਮਾਫ਼ੀ ਮੰਗਦਾ ਹੈ। ਆਹ ਜਿਹੜਾ ਤੁਹਾਡੇ ਕੋਲ ਜਹੇਦਾਰ ਗੁਰਮਤ ਸਿੰਘ ਬੋਲਦਾ ਰਿਹਾ ਵੀ ਮੈਨੂੰ ਇਹਨਾਂ ਉੱਥੇ ਚੰਡੀਗੜ੍ਹ ਸੱਦ ਕੇ ਆਹ ਗੱਲਾਂ ਕੀਤੀਆਂ ਨੇ, ਉਹਦੀ ਮੰਗੀ ਮਾਫ਼ੀ? ਸਿੱਖੀ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਕਿਹਦੀ? ਇਸੇ ਦੀ ਆ ਨਾ। ਇਹ ਕਹਿੰਦੇ ਨਹੀਂ ਰਹੇ ਜਦੋਂ ਮੁੰਡਾ ਅੰਮ੍ਰਿਤਪਾਲ ਵਿਚਾਰਾ, ਉਹ ਕੋਈ ਐਡੀ ਵੱਡੀ ਗੱਲ ਵੀ ਨਹੀਂ, ਅਤੇ ਮਜੀਠੀਆ ਆਉਂਦਾ ਸੀ ਮੈਨੂੰ 5 ਮਿੰਟ ਮੈਨੂੰ ਦੇ ਉਹਦੇ, ਮੈਨੂੰ ਸਿੱਧੂ ਘਰ ਸਿੱਧਾ ਕਰ ਦੂੰਗਾ। ਹਰਿਆਣੇ 'ਚ ਇੰਨਾ ਕੁਛ ਹੋ ਗਿਆ, ਵਿੱਚੇ ਪੁਲਿਸ ਜਿਉਂ ਦੀ ਸਾੜਤੀ, ਕਿਸੇ 'ਤੇ ਐਨਐਸਏ ਨਹੀਂ ਲੱਗੀ, ਲੱਗੀ ਕਿਸੇ 'ਤੇ? ਕੋਈ ਨਹੀਂ ਲੱਗੀ, ਬੰਦੇ ਜਿਉਂ ਦੇ ਸੜੇ ਹੈ ਨਾ ਪੁੱਤ। ਅਤੇ ਜਨਾਨੀਆਂ ਤੁਸੀਂ ਵੇਂਦੇ ਕਿਵੇਂ ਖਿੱਚੀ ਫਿਰਦੇ ਰਹੇ ਯਾਰ, ਇਹ ਕੋਈ ਇਨਸਾਨੀਅਤ ਆ?
ਇਹੋ ਜਿਹਾ ਰਾਜ ਚਾਹੀਦਾ। ਮੈਂ ਤਾਂ ਕੱਲ੍ਹ ਵੇਖਿਆ ਇੱਕ ਮੁਸਲਮਾਨ 80 ਸਾਲ ਦਾ ਸੀ ਅਤੇ 40-50 ਗੁੰਡੇ ਉਹਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਮੁੜ ਕੇ ਉਹਨੂੰ ਬੰਨ੍ਹ ਕੇ ਇਸ ਤਰ੍ਹਾਂ ਬੈਠੇ ਸੀ ਅਤੇ ਉੱਤੋਂ ਜ਼ਮੀਨ ਤੋਂ ਕੋਈ ਫੜ ਕੇ ਖਾਣ ਡਿਆ ਸੀ, ਪਤਾ ਨਹੀਂ ਗੋਹਾ ਖਵਾਉਂਦੇ ਕਿ ਕੀ ਖਵਾਉਂਦੇ, ਅਤੇ ਉਹ ਨਾਰੇ ਲਾ ਰਹੇ, ਖੁਸ਼ੀਆਂ ਦੇ ਨਾਰੇ ਮਾਰ ਰਹੇ, ਕੋਈ ਕਿਸੇ ਗੱਲ ਨਹੀਂ ਕੀਤੀ। ਇਹੋ ਜਿਹਾ ਰਾਜ ਹੋਏਗਾ ਤੁਸਾਂ ਮੌਜੂਦਾ ਸਰਕਾਰ ਦਾ ਤਾਂ ਰਾਜ ਵਧੀਆ ਹੋਣਾ ਜੀ, ਹੁਣ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਾਲਾ ਆ ਗਿਆ ਜੀ ਹੁਣ। ਪੁੱਤ ਨਕਲੀ ਤਾਂ ਨਕਲੀ ਹੁੰਦੇ ਹਨ, ਜੇ ਇਹ ਜਿਹੜੇ ਲੋਕ ਨੇ ਜਿਹੋ ਜਿਹਾ ਇਹ ਕੰਮ ਕਰਦਾ ਰਿਹਾ ਵਿਚਾਰਾ, ਹੈ ਨਾ, ਇਹਨਾਂ ਦਾ ਹੁੰਦਾ ਵੀ ਨੱਚਣ ਗਾਉਣ ਵਾਲੇ ਦਾ ਵੀ ਸਾਹਮਣੇ ਜਿਹੜੇ ਬੈਠੇ ਉਹਨਾਂ ਨੂੰ ਖੁਸ਼ ਕਰ ਜਾਣ, ਉਹ ਖੁਸ਼ ਹੋ ਜਾਣਗੇ ਅਤੇ ਪੈਸਾ ਵੱਧ ਦੇ ਦੇਣਗੇ, ਅਤੇ ਇਹਦੀ ਉਹ ਆਦਤ ਗਈ ਨਹੀਂ। ਇਹਨੂੰ ਤਾਂ ਇਹ ਨਹੀਂ ਪਤਾ ਵੀ ਮੈਂ CM ਦੀ ਕੁਰਸੀ 'ਤੇ ਬੈਠਾਂ ਅਤੇ ਮੈਨੂੰ ਇਹੋ ਜਿਹਾ ਭੱਦਾ ਬਖੇੜਾ ਕਿਸੇ ਨੂੰ ਨਹੀਂ ਕਰਨਾ ਚਾਹੀਦਾ। ਜੇ ਅਗਲਾ ਕਰੂੰ ਤਾਂ ਉਹ ਜਦੋਂ ਅਗਲੇ ਅੱਗੋਂ ਗੱਲਾਂ ਸੁਣਾਉਂਦੇ ਤਾਂ ਕੱਖ ਨਹੀਂ ਰਹਿੰਦਾ। ਇਹ ਝੂਠਾਂ ਦੀ ਤਾਂ ਪੰਡ ਹੈਗਾ ਨਾ, ਇਹ ਕਿੰਨੇ ਨੇ ਗੱਲਾਂ ਕੀਤੀਆਂ ਵੀ ਜੇ ਫਲਾਨੀ ਤਰੀਕ ਨੂੰ ਨਾ ਫਲਾਣੇ ਬੋਲਿਓ ਅਤੇ ਮੈਂ ਨੰਗਾ ਕਰੂੰ ਕਿਸੇ ਨੂੰ ਕੀਤਾ ਚੰਨੀ ਨਾਲ, ਕੀ ਕੀਤਾ ਇਹਨੇ ਕੁਛ ਗੱਲ, ਆਉਣਾ ਤਾਂ ਮੈਂ 5 ਤਰੀਕ ਨੂੰ ਉਹਦੇ ਘੋੜਿਆਂ ਘਾੜਿਆਂ ਵਾਲਾ ਗੱਲ ਕੱਢ ਦੂੰ, ਕੀ ਹੋਇਆ? ਕੁਛ ਵੀ ਨਹੀਂ ਹੋਇਆ। ਉਹ ਤਾਂ ਇਹ ਤਾਂ ਪੰਜਾਬੀਆਂ ਨੇ ਪਤਾ ਨਹੀਂ ਐਡੀ ਵੱਡੀ ਗਲਤੀ, ਪਰ ਉਹਦੇ ਵਿੱਚ ਵੀ ਇਹ ਕਾਂਗਰਸੀ ਅਤੇ ਅਕਾਲੀ ਜ਼ਿੰਮੇਵਾਰ, ਜੇ ਇੰਨੀਆਂ ਗੰਦੀਆਂ ਹਰਕਤਾਂ ਨਾ ਕਰਦੇ ਤਾਂ ਇਹ ਲੋਕ ਅੱਗੇ ਨਹੀਂ ਆ ਸਕਦੇ। ਆਪਾਂ ਇੱਕ ਗੱਲ ਆ ਜੀ, ਆਪਾਂ ਕਾਂਗਰਸ ਇਹਨੂੰ ਭੰਡ ਲੈਂਦੇ ਹਾਂ, ਅਸੀਂ ਬਾਦਲਾਂ ਨੂੰ ਭੰਡ ਲਿਆ ਜੀ, ਲੋਕ ਖੁਸ਼ ਵੀ ਹੁੰਦੇ ਜੀ ਇਹ ਚੀਜ਼ਾਂ ਦੇਖ ਕੇ ਕਿ ਗੁਰੂ ਨੇ ਖਾਲਸਾ ਇੰਨਾ ਕੋਈ ਸਾਜਿਆ ਸੀ ਜਾਂ ਅਸੀਂ ਇੰਨੇ ਮੰਦਬੁੱਧੀ ਕਦੋਂ ਤੋਂ ਹੋ ਗਏ ਜੀ, ਵੀ ਜਿਹੜੇ ਸਾਨੂੰ ਜਥੇਦਾਰ ਤੱਕ ਨੂੰ ਤੁਸੀਂ ਕਹਿੰਦੇ ਜੀ ਬਾਦਲ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ, ਅਤੇ ਜਥੇਦਾਰ ਵੀ ਕਿਵੇਂ ਜੀ? ਫਿਰ ਤਾਂ ਵਾਹਿਗੁਰੂ ਜਾਣੇ ਕਿਉਂ ਨਹੀਂ ਬੋਲਦਾ, ਪੁੱਛੋ ਜਾ ਕਦੀ ਜਾ ਕੇ ਕਦੀ। ਉਹ ਦੁੱਖ ਦੀ ਗੱਲ ਇਹ ਆ ਵੀ ਕਿਸੇ ਪੁੱਤ ਚੈਨਣ ਵਾਲੇ ਨੇ ਕਦੀ ਇਹ ਮੂਰਖ ਜੇ ਸੁੱਖੇ ਨੂੰ ਪੁੱਛਿਆ ਹੀ ਨਹੀਂ ਵੀ ਤੂੰ ਆਹ ਜਥੇਦਾਰ ਕਿਉਂ ਝੂਠ ਬੋਲਦੇ ਆ, ਇਹ ਕਿਉਂ ਕਿਉਂ ਇਹ ਇਸ ਤਰ੍ਹਾਂ ਇਹ ਸਰਬੱਤ ਖਾਲਸੇ ਦੀ ਰਾਜੀਨਾਮੇ ਨਾ ਲੱਗਦੇ ਜਥੇਦਾਰ? ਜਥੇਦਾਰ ਤੋਂ ਬੋਝ ਚੂ ਕੱਢ ਦੇਣਾ ਪੁੱਤ ਜਿਹਦਾ ਜਿਹਦਾ ਜੀ ਕਰਦਾ, ਅਤੇ ਫਿਰ ਉਹ ਤਾਂ ਉਹਨਾਂ ਦੀ ਗੱਲ ਕਰਨਗੇ। ਗੁਰੂ ਦੀ ਗੋਦੀ 'ਚ ਬਹਿ ਕੇ ਜਥੇਦਾਰ ਵੀ ਝੂਠ ਬੋਲੀ ਜਾਂਦੇ, ਕੀ ਕਰੀਏ? ਇਹ ਤਾਂ ਕਿਤੇ ਗੁਰੂ ਦਾ ਸੰਗਤਾਂ 'ਚ ਵੱਸੇ, ਅਤੇ ਇਹ ਦੁਬਾਰਾ ਕਿਤੇ ਇਹੋ ਜਿਹਾ ਸਮਾਂ ਆਵੇ ਤਾਂ ਗੁਰੂ ਤਾਂ ਹੀ ਆ ਜਿਨ੍ਹਾਂ 'ਚ ਰਾਜ ਗੁਰੂਆਂ ਦਾ ਆਪਣੇ 6ਵੇਂ ਪਾਤਸ਼ਾਹ ਦਾ ਸ਼ਬਦ ਤੁਸੀਂ ਸੁਣਿਆ ਨਾ, ਸੀਰੀਅਸ ਭਣਿਓ ਗਰੀਬ ਨਿਵਾਜ ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ, ਅਤੇ ਧਰਮ ਬਿਨਾਂ ਸਭ ਦਲੇ ਮਲੇ। ਦਲੇ ਮਲੇ ਵਾਲਿਆਂ ਨੂੰ ਗੱਲ ਹੋ ਗਈ ਪੁੱਤਰ, ਹੋਰ ਗੱਲ ਕੋਈ ਨਹੀਂ। ਨਹੀਂ ਤਾਂ ਸਾਡੇ ਗੁਰੂ ਨੇ ਜਿਹੋ ਜਿਹਾ ਸਾਨੂੰ ਬਣਾਇਆ ਸੀ ਦੁਨੀਆਂ 'ਚ ਤੱਕ, ਅੱਜ ਤੀਕ ਤਾਂ ਕੋਈ ਨਹੀਂ ਹੋਇਆ, ਗਾਂਹ ਤਾਂ ਮੈਨੂੰ ਨਹੀਂ ਪਤਾ, ਅੱਜ ਤੱਕ ਦੁਨੀਆਂ ਦਾ ਕੋਈ ਇਹੋ ਜਿਹਾ ਰਹਿਬਰ ਨਹੀਂ ਹੋਇਆ ਜਿਹੜੇ ਆਪਦੇ ਮਤਲਬ ਸੇਵਕਾਂ ਨੂੰ ਆਪਦੇ ਪੁੱਤ ਦਾ ਦਰਜਾ ਦੇ ਗਿਆ ਯਾਰ। ਅਤੇ ਤੁਸੀਂ ਸਾਰੇ ਉਹਨਾਂ ਬੱਚਿਆਂ ਦੇ ਭਾਈ ਹੋ, ਸਾਡੀ ਮਾਂ ਹੈ, ਮਾਤਾ ਸਾਹਿਬ ਦੇਵਾਂ, ਹੈ ਨਾ। ਅਤੇ ਫਿਰ ਉਹ ਅਸੀਂ ਘੱਟ ਤੋਂ ਘੱਟ ਉਹ ਜਦੋਂ ਅਸੀਂ ਉਹ ਪ੍ਰਸੰਗ ਸਿੰਘਣੀਆਂ ਦਾ ਯਾਦ ਕਰਦੇ ਹਾਂ ਨਾ, ਜੇ ਕਹਿਣਾ ਤਾਂ ਸੁਣਾ ਦਿਆਂ, ਹੈ ਨਾ। ਉਹਨਾਂ ਦਾ ਗੁਰੂ ਘਰ ਦੀਆਂ ਸਿਦਕੀ ਦਲਾਰੀਆਂ ਮੰਨੂ ਕੈਦ ਕੀਤੀਆਂ, ਝੱਲੇ ਜੋ ਤਸੀਹੇ ਸਿਰ 'ਤੇ ਵਿਚਾਰੀਆਂ, ਦੱਸਾਂ ਕੀ ਕੀ ਬੀਤੀਆਂ, ਬਿਨਾਂ ਤਕਸੀਰ ਜੇਲ੍ਹ ਵਿੱਚ ਡੱਕੀਆਂ ਇਨਸਾਫ ਸ਼ਾਹੀਦਾ, ਦੁੱਖਾਂ ਵਿੱਚ ਬੈਠ ਪੀਂਦੀਆਂ ਨੇ ਚੱਕੀਆਂ, ਭਾਣਾ ਇਹ ਲਾਹੀਦਾ, ਸਵਾ ਸਵਾ ਮਨ ਦਾਣੇ ਇੱਕ ਪੀਏ ਜੀ ਹੁਕਮ ਚ ਡਾਲਦਾ, ਵਾਸਤੇ ਧਰਮ ਝੱਲਣ ਤਸੀਏ ਜੀ ਭਾਣਾ ਜੋ ਅਕਾਲ ਦਾ, ਪਾਣੀ ਦਾ ਪਿਆਲਾ ਜਮਾਂ ਦੇ ਆਹਾਰ 'ਤੇ, ਰਾਤਾਂ ਨੇ ਗੁਜ਼ਾਰੀਆਂ, ਰੱਖਿਆ ਭਰੋਸਾ ਇੱਕ ਕਰਤਾਰ 'ਤੇ ਗੁਰੂ ਦੀ ਦਲਾਰੀਆਂ, ਭੁੱਖੀਆਂ ਧਿਆਈਆਂ ਤਕਲੀਫਾਂ ਝੱਲੀਆਂ, ਹਾਏ ਨਾ ਉਚਾਰਿਆ, ਸਿਦਕ ਭਰੂਸਿਓ ਨਾ ਮੂਲ ਹੱਲੀਆਂ, ਕਸ਼ਟ ਸਹਾਰਿਆ, ਭਾਗ ਲਾਇਆ ਸਾਹਿਬ ਦੇਵਾਂ ਜੀ ਦੀ ਕੁੱਖ ਨੂੰ, ਸਫਲ ਬਣਾਈ ਜੀ ਧਰਮੀ ਕੀ ਜਾਨ ਦੇ ਭਲਾ ਜੀ, ਦੁੱਖ ਨੂੰ ਸੀਤਲ ਸੁਣਾਈ ਜੀ। ਪੁੱਤ ਦੁੱਖ ਤਾਂ ਸਾਡੇ ਪੁਰਖਿਆਂ ਨੇ ਝੱਲੇ, ਅਤੇ ਤਾਂ ਹੀ ਇੱਥੇ ਸਾਨੂੰ ਆਹ ਸਰੂਪ ਮਿਲੇ ਨੇ, ਅਤੇ ਸਾਡੀ ਹੋਂਦ ਕਾਇਮ ਆ। ਅੱਜ ਪਤਾ ਨਹੀਂ ਵਾਹਿਗੁਰੂ ਜਾਣੇ
ਸਤਿਗੁਰੂ ਕਰੇ ਕਿਤੇ ਇਹਨਾਂ ਦੇ ਵਿੱਚ ਉਹ ਗੱਲ ਆ ਜੇ। ਨਹੀਂ ਸਾਡਾ ਤਾਂ ਗੁਰੂ ਕਹਿੰਦਾ ਰਾਜ ਮੈਂ ਰਾਜ, ਯੋਗ ਮੈਂ ਯੋਗੀ, ਤਬ ਮੈਂ ਤਵੀ ਸਰਗਿਸਤ ਮੈਂ ਭੋਗੀ, ਸਮਰੱਥ ਬਣਾਇਆ ਯਾਰ। ਕਦੇ ਕਦੇ ਅਸੀਂ ਗਜਨੀ ਦੇ ਬਾਜ਼ਾਰਾਂ 'ਚੋਂ ਧੀਆਂ ਭੈਣਾਂ ਦੀਆਂ ਜਿੱਤਾਂ ਬਚਾਉਣ ਵਾਲੇ ਹਾਂ, ਹੁਣ ਤਾਂ ਆਪ ਛੱਡਣ ਲੱਗ ਗਏ। ਛੱਡ ਕੇ ਪੈਲਸਾਂ ਦੇ ਵਿੱਚ ਜੀ ਨੱਚਣ ਲਈ, ਜਾਂ ਫਿਰ ਉਹ ਪਲੇਟਾਂ ਫੜਾਉਣ ਨੂੰ ਵੀ ਅੱਜ ਕੱਲ੍ਹ ਕੁੜੀਆਂ ਧੀਆਂ ਲਾਤੀਆਂ ਜੀ ਆਪਾਂ ਨੇ, ਅਤੇ ਸ਼ਰਾਬ ਪਿਲਾਉਣ ਨੂੰ ਟੀਕਿਆਂ ਦੇ ਵਿੱਚ ਸ਼ਰਾਬ, ਅਤੇ ਅਸੀਂ ਕਿਹੜੇ ਰਾਹ ਤੁਰ ਪਏ ਜੀ? ਸਾਨੂੰ ਸ਼ਰਮ ਨਹੀਂ ਆਉਂਦੀ, ਭੈਣ ਭਾਈ ਦੇ ਨਾਲ ਹੱਥ ਫੜ ਕੇ ਨੱਚੀ ਜਾਂਦੀ ਹੈ ਲੱਚਰ ਗੀਤਾਂ ਉੱਤੋਂ ਚੋਰੀ, ਉਹ ਸ਼ਾਦੀਆਂ ਕਰਾਈ ਜਾਂਦੇ ਨਕਲੀ, ਅਤੇ ਬਾਹਰ ਜਾਣ ਲਈ ਸ਼ਾਦੀਆਂ ਹੋਈਆਂ ਨੇ ਪੁੱਤ, ਇਦੋਂ ਗਰੀ ਗੱਲ ਹੋਰ ਕੀ ਹੋ ਸਕਦੀ ਆ, ਹੈ ਨਾ? ਉਹ ਵੇਖ ਲਓ ਵੀ ਉਹਦੇ ਆਇਆ ਨਾ ਇੱਕ ਪਾਣੀ ਦਾ ਪਿਆਲਾ, ਜਮਾਂ ਦੇ ਆਹਾਰ 'ਤੇ ਰਾਤਾਂ ਨੇ ਗੁਜ਼ਾਰੀਆਂ, ਅਤੇ ਉਹਨਾਂ ਸਿਦਕ ਨਹੀਂ ਆ ਰਿਹਾ ਯਾਰ। ਅਤੇ ਇਹਨਾਂ ਤਾਂ ਖਾਂਦਿਆਂ ਪੀਂਦਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਸਿੱਖਾਂ ਨੂੰ, ਕਿੱਥੋਂ ਕਿਹੜੀ ਇਹਨਾਂ ਨੂੰ ਮਾਰ ਪਈ? ਮੈਨੂੰ ਤਾਂ ਲੱਗਦਾ ਆ ਡੇਰੇ ਆ ਜਿਹੜੇ ਡੇਰਿਆਂ ਨੇ ਮਾਰ ਕੀਤੀ, ਡੇਰਿਆਂ ਵਾਲੇ ਬਾਬੇ ਵਿਹਲੇ ਰਹਿੰਦੇ ਆ, ਅਤੇ ਉਹਨਾਂ ਨੂੰ ਲਾਈ ਜਾਂਦੇ ਵੀ ਇੱਥੇ ਸਾਡੇ ਵਾਲੇ ਤੁਰੀ ਜਾਣ, ਅਤੇ ਆ ਬਸ ਸਾਡੇ ਪੈਰ ਖੁੱਟੀ ਜਾਓ ਅਤੇ ਠੀਕ ਹੈ ਇੱਥੇ ਆ ਜਾਓ। ਮੱਸਿਆ ਮਹੀਨੇ ਇਹੋ ਜਿਹੀ ਚੀਜ਼ਾਂ ਜਿਹੜੀਆਂ ਦਾ ਪੰਥ ਨਾਲ ਕੋਈ ਵਾਹ ਵਾਸਤਾ ਨਹੀਂ, ਉਹ ਸਾਡੇ ਗੱਲ 'ਚ ਪੈ ਗਈਆਂ ਪੁੱਤਰਾ। ਹੁਣ ਐਤਕੀ ਆ ਵੇਖੋ ਕਿੱਡਾ ਵੱਡਾ ਹੋਇਆ ਵੀ, ਅੱਗੇ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਉਹ ਅੱਗੇ ਤਾਂ ਅੱਗੇ ਹੀ ਉਹਨਾਂ ਕੱਤੇ 'ਚ ਕੀਤਾ ਸੀ, ਅਤੇ ਉਹ ਬਹੁਤ ਸਾਰੇ ਸਿੱਖ ਜਾਂ ਜਿਹੜੀਆਂ ਕਿਤਾਬਾਂ ਇਤਿਹਾਸ ਉਹ ਵੀ ਉਹ 15 April ਦਾ ਕਰਦੇ ਆ, ਮੈਂ ਆਪ ਪੜ੍ਹਿਆ। ਅਤੇ ਪਰ ਹੁਣ ਐਤਕੀ ਤਾਂ ਹੱਦ ਹੋ ਗਈ ਆ ਮੱਘਰ ਦਾ, ਤਾਂ ਸਿੱਖ ਕੋਈ ਬੋਲਿਆ ਕਿਤੇ? ਇਹ ਕਿਵੇਂ ਹੋ ਸਕਦਾ ਵੀ ਆਹ ਜਿਹੜੀਆਂ ਬਾਬੇ ਆਪਦੀਆਂ ਬਰਸੀਆਂ ਮਨਾਉਂਦੇ ਉਹ ਪੂਰੀ ਤਰੀਕ 'ਤੇ ਮਨਾਉਂਦੇ ਨਾ ਹਰ ਤਰੀਕ 'ਤੇ, ਅਤੇ ਸਾਡੇ ਗੁਰੂ ਦਾ ਕਈ ਵਾਰ ਸਾਲ 'ਚ 2 ਵਾਰ ਆ ਜਾਂਦਾ ਅਤੇ ਕਿਸੇ ਸਾਲ 'ਚ ਆਉਂਦਾ ਹੀ ਨਹੀਂ, ਅਤੇ ਸਿੱਖ ਫਿਰ ਵੀ ਨਹੀਂ ਬੋਲਦੇ, ਕੀ ਕੀਤਾ ਜਾਵੇ? ਸਾਨੂੰ ਲੱਗਦਾ ਵੀ ਆਹ ਜਾਂ ਜਿਹੜੇ ਸਾਡੇ ਹਾਣ ਹੁੰਦੇ ਜਦੋਂ ਚੜ੍ਹ ਗਏ ਨਾ ਗੱਡੀ, ਵਾਹਿਗੁਰੂ ਜਾਣੇ ਮਗਰੋਂ ਕੀ ਹੋਣਾ ਕੀ ਨਹੀਂ ਹੋਣਾ। ਘਰ ਪਤਾ ਜੀ ਹੁਣ ਤੁਸੀਂ ਆਏ ਹੋ ਅੱਜ ਇੱਥੇ, ਜਾਂ ਟੀਵੀ ਤੋਂ ਵੀ ਪਤਾ ਲੱਗਣਾ ਵੀ ਉੱਥੇ ਪਹੁੰਚੇ ਹੋਏ ਸੀ ਤੁਸੀਂ ਤਾਂ ਜੀ? ਨਹੀਂ ਪਤਾ, ਦੱਸ ਕੇ ਆਏ ਘਰੇ ਦਾ, ਉਹਨਾਂ ਨੇ ਰੋਕਿਆ ਨਹੀਂ ਵੀ ਤੁਸੀਂ ਕਾਹ ਰਹੇ, ਕਿਉਂਕਿ ਅੱਜ ਕੱਲ੍ਹ ਇਹ ਕਹਿੰਦੇ ਲੋਕ ਬਈ ਉਹ ਤੁਸੀਂ ਕੀ ਲੈਣਾ ਜੀ, ਤੁਹਾਨੂੰ ਨਹੀਂ ਕਿਸੇ ਨੇ ਕਿਹਾ ਕੀ ਲੈਣਾ? ਨਹੀਂ ਪੁੱਤ, ਮੇਰੇ ਬੱਚਿਆਂ ਮੈਨੂੰ ਨਹੀਂ ਰੋਕਿਆ, ਮੈਂ ਤੁਹਾਨੂੰ ਦੱਸਿਆ ਨਾ ਵੀ 84 ਤੋਂ ਸਭ ਕੁਛ ਸਰੀਰ 'ਤੇ ਚੱਲਿਆ, ਜਿੰਨੇ ਬੈਠੇ ਨਾ ਸਾਰਿਆਂ ਚੱਲਿਆ। ਇਹ ਸ਼ਬਦ ਆ ਗਿਆ ਜੀ ਸਾਡੇ 'ਚ ਵੀ ਤੂੰ ਕੀ ਲੈਣਾ, ਕਿਸੇ ਦਾ ਧੀ ਪੁੱਤ ਨਸ਼ੇ ਨਾਲ ਮਰ ਰਿਹਾ ਜੇ ਉਹਨੂੰ ਬਚਾਉਣ ਦੀ ਗੱਲ ਆ ਜਾਵੇ ਤੂੰ ਕੀ ਲੈਣਾ, ਜੇ ਕਿਸੇ ਦੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ਼ ਬੋਲਣਾ ਤਾਂ ਵੀ ਤੂੰ ਕੀ ਲੈਣਾ, ਛੱਡ ਪਰੇ। ਇਹ ਜਿਹੜਾ ਇਹ ਕੰਮ ਬਹੁਤ ਖਰਾ, ਜਿਹੜੀਆਂ ਸਾਡੀਆਂ ਪੁਰਖਿਆਂ ਨੇ ਉਹ ਬੀਬੀਆਂ ਛਡਾਈਆਂ ਉਹ ਕਿਹੜੀਆਂ ਸਾਡੀ ਮਾਸੀ ਦੀਆਂ ਲੜਕੀਆਂ ਸੀ ਕਿਤੇ? ਨਹੀਂ ਨਾ, ਇਨਸਾਨੀਅਤ ਵਾਸਤੇ ਸੀ, ਖਾਲਸਾ ਦਾ ਬਣਿਆ ਹੀ ਇਹਦਾ ਨੀਲਾ ਰੰਗ ਹੀ ਤਾਂ ਗੁਰੂ ਸਾਹਿਬ ਨੇ ਬਖਸ਼ਿਆ, ਅਸਲ ਤਾਂ ਸਾਡਾ ਰੰਗ ਨੀਲਾ ਹੈ ਨਾ, ਉਹ ਤਾਂ ਗੁਰੂ ਨੇ ਬਖਸ਼ਿਆ ਹੀ ਤਾਂ ਹੈ, ਇਹਦਾ ਤਾਂ ਕਿਸੇ ਨਾਲ ਨਹੀਂ ਵੈਰਵਾ, ਇਹਦਾ ਤਾਂ ਜ਼ਾਲਮਣਾ ਹੈ, ਜ਼ਾਲਮ ਭਾਵੇਂ ਸਿੱਖ ਹੀ ਹੋਵੇ, ਜ਼ਾਲਮ ਭਾਵੇਂ ਸਿੱਖ ਹੋਵੇ, ਸਾਡਾ ਤਾਂ ਉਹ ਵੀ ਵੈਰੀ ਆ। ਅਤੇ ਬਾਪੂ ਜੀ 1831 'ਚ ਇਹ ਸੰਧੀ ਹੋ ਜਾਂਦੀ, 2001 ਦੇ ਵਿੱਚ ਆ ਕੇ ਜੀ ਇਹਨੂੰ ਮੈਂ ਤੁਹਾਨੂੰ ਦੱਸਦਾ ਵੀ ਹੈਰੀਟੇਜ ਹਿੱਲ ਪਾਰਕ ਦਾ ਨਾਮ ਦੇ ਦਿੱਤਾ ਜਾਂਦਾ 2001। 23 ਸਾਲ ਬਾਅਦ ਅੱਜ 23 ਸਾਲ 24 ਸਾਲ ਬਾਅਦ ਦੁਬਾਰਾ ਅਸੀਂ ਇੱਥੇ ਬੈਠੇ ਹਾਂ, ਅਤੇ ਉਹਨਾਂ ਦਿਨਾਂ ਦੇ ਵਿੱਚ ਕਿਸੇ ਨੇ ਕੋਈ ਗੌਰ ਨਹੀਂ ਕੀਤੀ? ਦੇਖੋ ਨਾ ਜੀ, ਇਹ ਤਾਂ ਚੀਜ਼ ਦਾ ਮੈਂ ਤਾਂ ਅੱਗੇ ਆਉਣਾ ਵੀ ਵੇਖੋ, ਦੋ ਸਾਡੇ ਕੋਲ ਨਿਸ਼ਾਨ ਸਾਹਿਬ ਨੇ, ਇੱਕ ਬਾਬੇ ਬੰਦੇ ਬਹਾਦਰ ਦਾ ਅਤੇ ਇੱਕ ਇਹ ਮਹਾਰਾਜਾ ਰਣਜੀਤ ਸਿੰਘ ਦਾ, ਦੋਵੇਂ ਬੇਕਾਰ ਪਏ ਨੇ, ਕਿਸੇ ਨੇ ਨਹੀਂ ਸੰਭਾਲੇ। ਸਾਨੂੰ ਵੀ ਇਹ ਨਹੀਂ ਪਤਾ, ਸਾਨੂੰ ਵੀ ਇਹ ਸਿੰਘਾਂ ਨੇ ਜਦੋਂ ਤੁਸੀਂ ਪੋਸਟ ਪਾਈ, ਤੁਹਾਡੇ ਧੰਨਵਾਦ, ਅਸੀਂ ਸ਼ੁਕਰੀਆ ਅਦਾ ਤੁਹਾਡਾ ਕਰਦੇ ਹਾਂ, ਜਦੋਂ ਤੁਸੀਂ ਪਹਿਲੀ ਪੋਸਟ ਪਾਈ ਨਾ ਅਤੇ ਇਹਨਾਂ ਨੇ ਆਖਿਆ ਵੀ ਅਸੀਂ ਤਾਂ ਆ ਬੈਠੇ ਹਾਂ ਅਤੇ ਅਸੀਂ ਹੁਣ ਇਸ ਮਹੀਨੇ ਦੀ ਅਖੀਰ ਤੱਕ ਸੰਗਤ ਨੂੰ ਡੀਕਨੇ ਆ, ਨਹੀਂ ਤਾਂ ਅਸੀਂ ਕੀਰਤਨ ਸੋਹਲੇ ਦਾ ਪਾਠ ਕਰਕੇ ਅਤੇ ਭੋਗ ਪਾ ਦਿਆਂਗੇ। ਮੈਂ ਇਹਨਾਂ ਨਾਲ ਗੱਲ ਕੀਤੀ, ਮੈਂ ਆਹ ਚੀਜ਼ ਹੋ ਗਈ ਹੈ ਭਾਈ, ਵੇਖੋ ਆਪਾਂ ਉੱਥੇ ਜਾਣਾ, ਦੋ ਹੀ ਸਿੰਘ ਉੱਥੇ ਬੈਠੇ ਨੇ, ਪਤਾ ਨਹੀਂ ਕਿੱਥੇ ਆ, ਮੈਂ ਤਾਂ ਪਤਾ ਨਹੀਂ, ਸਾਨੂੰ ਅਸੀਂ ਤਾਂ ਪੁੱਛ ਜਗ੍ਹਾ ਦਾ ਹੀ ਨਹੀਂ ਪਤਾ, ਅਸੀਂ ਪੁੱਛ ਪਛਾ ਕੇ ਅਤੇ ਇਹਨੂੰ ਆਏ ਹਾਂ।
ਅਤੇ ਇਹ ਵਾਸਤੇ ਸਾਡੇ ਮਨ 'ਚ ਜਾਗਿਆ ਵੀ ਅਸੀਂ ਜਿਹੜੇ ਕੌਮ ਦਾ ਕੋਈ ਨਾ ਕੋਈ, ਚਲੋ ਭਾਵੇਂ ਬੁੱਢੇ ਹੀ ਹਾਂ ਪਰ ਕੁਛ ਨਾ ਕੁਛ ਤਾਂ ਆਪਦਾ ਕਰ ਜਾਈਏ ਨਾ। ਸਾਡੇ ਮਨ 'ਚ ਦਰਦ ਹੈ ਵੀ ਇਹ ਚੀਜ਼ ਗਲਤ ਹੋ ਗਈ, ਇਹਨਾਂ ਨੂੰ ਮੈਂ ਵੀ ਕਰਦਾ ਵੀ ਸਾਰੀ ਸਾਡੀ ਸਰਕਾਰ ਜਿਹੜੀ ਇਹ ਸਾਰੀ ਸੁੱਤੀ ਹੈ। ਸਾਡੇ ਵੇਖਣ ਅਕਾਲੀ ਕੋਈ ਵੀ ਨਹੀਂ ਬੋਲਿਆ ਵੀ ਦੋਵੇਂ ਨਿਸ਼ਾਨ ਸਾਹਿਬ ਨੇ ਸਾਡੇ। ਇਹ ਇਹ ਕਮੀ ਕਿਹਦੀ ਸਮਝਦੇ ਹੋ? ਚਮਕੀਲਾ ਕਿੱਥੇ ਮਰਿਆ 80% ਲੋਕਾਂ ਨੂੰ ਪਤਾ ਹੋਣਾ, ਮਹਾਰਾਜਾ ਰਣਜੀਤ ਸਿੰਘ ਬਾਰੇ ਸਾਨੂੰ ਪਤਾ ਨਹੀਂ ਜੀ। ਵੇਖੋ ਨਾ ਕਮੀ ਕਿਹਦੀ ਰਹੀ ਆ ਜੀ ਪ੍ਰਚਾਰ ਦੀ? ਤੁਸੀਂ ਵੀ ਅੱਜ ਆਏ ਹੋ, ਤੁਸੀਂ ਤਾਂ ਚਲੋ ਫਿਰ ਵੀ ਬਹੁਤ ਦੂਰ ਤੋਂ ਆਏ, ਰੋਪੜ ਵਾਲਿਆਂ ਨੂੰ ਨਹੀਂ ਪਤਾ ਜੀ ਇਹ? ਵੇਖੋ ਨਾ ਇਹ ਕਾਰਡ ਸਾਡੇ ਆਗੂਆਂ ਦੀ ਹੈ, ਜਿਹੜੇ ਸਾਡੇ ਆਗੂ ਨੇ, ਜਿਹੜੇ ਸਾਡੇ ਅਕਾਲੀ ਪਾਰਟੀ ਨੇ, ਅਸਲ ਤਾਂ ਉਹਨਾਂ ਦਾ ਹੱਕ ਸੀ ਸਾਰਾ ਇਹ ਸੰਭਾਲਣ ਦਾ। ਅਕਾਲੀ ਹੈ ਹੀ ਸਿੱਖ ਕੌਮ ਦੀ ਸੀ, ਅਤੇ ਉਹ ਸਿੱਖ ਕੌਮ ਵੀ ਜਦੋਂ ਅਗਲੇ ਹੀ ਨਹੀਂ ਸਾਡੇ ਬੰਦੇ, ਉਹ ਹੀ ਸਾਨੂੰ ਮਾਰਨ ਦੇ ਹੋ ਗਏ, ਤਾਂ ਫਿਰ ਅਸੀਂ ਕਰੀਏ ਕੀ? ਸਾਡੇ ਕੋਲ ਤਾਂ ਕੁਛ ਵੀ ਨਹੀਂ ਨਾ ਰਹਿ ਗਿਆ, ਅਸੀਂ ਤਾਂ ਆਪਣੇ ਆਪ ਹੀ ਉੱਠੇ ਹਾਂ ਨਾ, ਸਾਨੂੰ ਕਿਸੇ ਨੇ ਤਾਂ ਨਹੀਂ ਆਖਿਆ। ਇਹ ਬਾਤ ਅਸੀਂ ਤਾਂ ਚਾਹੁੰਦੇ ਹਾਂ ਵੀ ਅਸੀਂ ਵਿਚਾਰ ਕਰਦੇ ਹਾਂ ਵੀ ਅੱਜ ਚਲੋ ਪਤਾ ਕਰਕੇ ਆਣ ਕੇ ਫਿਰ ਸਾਡੀ ਸੰਗਤ ਇਕੱਠੀ ਕਰਕੇ ਅਤੇ ਲਿਜਾ ਕੇ ਅਤੇ ਉੱਥੇ ਪ੍ਰੋਗਰਾਮ ਲਾਈਏ। ਇਹ ਤਾਂ ਮੈਨੂੰ ਆਹ ਵੀ ਅਸੀਂ ਆਪਾਂ ਪ੍ਰੋਗਰਾਮ ਬਣਾ ਕੇ ਅਤੇ ਗੁਰੂ ਘਰ ਬਣਾਈਏ, ਗੁਰੂ ਘਰ ਬਣਾ ਕੇ ਅਤੇ ਤੈਨੂੰ ਤੂੰ ਬਹਿ ਜਾਏਗਾ, ਮੈਂ ਬਹਿ ਜਾਗਾ, ਮੈਂ ਕਿਹਾ ਮੈਂ ਬਹਿ ਜਾਗਾ, ਕੋਈ ਗੱਲ ਨਹੀਂ, ਮੈਂ ਸੇਵਾ ਇੱਥੇ ਲਾ ਦਿਆਂਗਾ ਵੀ ਰਾਤ ਦੀ, ਚਲੋ ਵੀ ਮਾਲ ਕਿਰਪਾ ਕਰੀਏ ਇਹਨੂੰ ਸੰਭਾਲੀਏ। ਅਤੇ ਬਾਅਦ 'ਚ ਸਾਨੂੰ ਚਾਹੀਦਾ ਵੀ ਜਿਵੇਂ ਦੋਵੇਂ ਨਿਸ਼ਾਨ ਸਾਹਿਬ ਨੇ ਸਾਡੇ, ਅਸੀਂ ਖਾਲਿਸਤਾਨ ਤਾਂ ਮੰਗਦੇ ਹਾਂ, ਜਿਹੜੇ ਆਗੂ ਖਾਲਿਸਤਾਨ ਮੰਗਦੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਸਾਡੇ ਜਿਹੜਾ ਅਸਲੀ ਸਾਡਾ ਕੌਮ ਦਾ ਸਰਮਾਇਆ ਹੈ ਉਸ ਚੀਜ਼ ਨੂੰ ਵਾਲ ਕੀਤਾ ਜਾਏ, ਇਹ ਸਾਡਾ ਮੁੱਢ ਹੈ। ਇਹਦੇ ਪਿੱਛੇ ਬਾਬਾ ਪਹਿਲਾਂ ਬੰਦੇ ਬਾਬਾ ਮੰਦਰ ਬਹਾਦਰ ਸਾਹਿਬ ਦਾ ਉਹ ਜਿਹੜਾ ਉਹ ਮਹਾਂਪੁਰਸ਼ਾਂ ਦਾ ਉੱਥੇ ਜਿਹੜਾ ਉਹ ਨਿਸ਼ਾਨ ਸਾਹਿਬ ਲੱਗਾ, ਉਹ ਵੀ ਟਿੱਬੇ ਤਾਂ ਇਕੱਲਾ ਹੀ ਲੱਗਾ ਹੈ। ਉਹਨਾਂ ਦੀ ਉਸ ਮੰਗ ਤੋਂ, ਖਾਲਿਸਤਾਨ ਵਾਲੀ ਮੰਗ ਤੋਂ ਤਾਂ ਫਿਰ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਉਹ ਚੌਧਰਾਂ ਦੇ ਭੁੱਖੇ ਆ ਬਸ, ਵੀ ਚੌਧਰ ਨਵੇਂ ਸਿਰੋਂ ਮਿਲ ਜਾਏ। ਹਾਂਜੀ ਹਾਂਜੀ, ਚੌਧਰ ਪਿੱਛੇ ਹੀ ਹੁਣ ਵੇਖੋ ਮਾਫੀਆਂ ਮੰਗਦਾ ਪਿਆ, ਕੰਨ ਕਦੇ ਐਂ ਫੜ ਲੈਂਦਾ ਕਦੇ ਐਂ ਫੜ ਲੈਂਦਾ, ਅਤੇ ਉਹ ਸਿੱਧਾ ਕਰਕੇ ਉਹ ਨਹੀਂ ਫੜਦਾ ਵੀ ਵੈਸੇ ਸਾਥੋਂ ਗਲਤੀ ਹੋਈ, ਅਸੀਂ ਆਹ ਕੰਮ ਕੀਤਾ ਸਾਥੋਂ ਹੋ ਗਿਆ, ਅਤੇ ਇਹ ਵਾਸਤੇ ਸੰਗਤ ਸਾਨੂੰ ਮਾਫ਼ ਕਰੇ, ਅਤੇ ਸੰਗਤ ਵੀ ਵਿਚਾਰ ਕਰ ਸਕਦੀ ਹੈ। ਇਹ ਵਾਸਤੇ ਉਹ ਚੀਜ਼ ਕਰਦਾ ਨਹੀਂ, ਅਸੀਂ ਉਹ ਸਾਥੋਂ ਅਣਜਾਣੇ ਪੁਣੇ ਕੋਈ ਗਲਤੀ ਹੋ ਗਈ ਹੋਵੇਗੀ ਅਤੇ ਉਹ ਅਸੀਂ ਕਰ ਲਾਂਗੇ ਜੀ, ਅਸੀਂ ਉਹਦੀ ਮਾਫ਼ੀ ਮੰਗਦੇ ਹਾਂ ਜੀ, ਇਵੇਂ ਕੋਈ ਸਿੱਧੀ ਉਹ ਅਕਾਲ ਤਖ਼ਤ 'ਤੇ ਜਾ ਕੇ ਅਤੇ ਮਾਫ਼ੀ ਮੰਗੇ ਵੀ ਆਹ ਚੀਜ਼ ਸਾਥੋਂ ਗਲਤੀ ਹੋਈ, ਅਸੀਂ ਗਲਤੀਆਂ ਕੀਤੀ ਹੈ ਦੋ ਪਿਓ ਪੁੱਤਰਾਂ ਨੇ, ਅਤੇ ਇਹ ਵਾਸਤੇ ਅਸੀਂ ਚੀਜ਼ ਦੀ ਮਾਫ਼ੀ ਮੰਗਦੇ ਹਾਂ ਸੰਗਤ ਤੋਂ, ਅਤੇ ਇਹ ਵਾਸਤੇ ਫਿਰ ਸੰਗਤ ਸੋਚਿਆ ਜਾ ਸਕਦਾ, ਫਿਰ ਸੰਗਤ ਮਗਰ ਲੱਗ ਸਕਦੀ, ਇਵੇਂ ਸੰਗਤ ਨਹੀਂ ਮਗਰ ਲੱਗਣੀ ਜਿਵੇਂ ਉਹ ਲਾ ਰਿਹਾ ਜਿਵੇਂ ਉਹ ਕਰ ਰਿਹਾ। ਇਹ ਵਾਸਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਚਲੋ ਜਿੰਨੇ ਯੋਗੇ ਹੈਗੇ ਜਿੰਨੇ ਸਾਡੇ ਸਵਾਸ ਹੈਗੇ ਨੇ ਅਸੀਂ ਆਉਂਦੇ ਹਾਂ ਵੀ ਅਸੀਂ ਕਿਤੇ ਆਪਦੇ ਲੇਖੇ ਲਾ ਦਈਏ, ਅਸੀਂ ਤਾਂ ਇਹ ਚੀਜ਼ ਨੂੰ ਘੋਖਦੇ ਵੀ ਨੇ, ਇਸ ਵਾਸਤੇ ਵਿਚਾਰ ਕਰਕੇ ਅਸੀਂ ਹਰ ਪੱਖੋਂ ਹੀ ਇਹਨਾਂ ਨਾਲ ਸਹਿਮਤ ਹਾਂ, ਜਿਹੜੀ ਸੰਗਤ ਇੱਥੇ ਇਹ ਆਸਿੰਘ ਬੈਠੇ ਨੇ ਇਹਨਾਂ ਹਰ ਪੱਖੋਂ ਹੀ ਸਹਿਮਤ ਹਾਂ, ਜਿੱਥੇ ਸਾਡੀ ਡਿਊਟੀ ਲਾਉਣਗੇ ਉੱਥੇ ਦੇਣ ਨੂੰ ਤਿਆਰ ਹਾਂ। ਧੰਨਵਾਦ ਜੀ। ਸੋ ਬਜ਼ੁਰਗ ਆਪਣਾ ਇੱਕ ਜਥਾ ਬਣਾ ਕੇ ਫਿਰੋਜ਼ਪੁਰ ਤੋਂ ਆਏ ਨੇ ਅਤੇ ਇਸ ਅਸਥਾਨ ਨੂੰ ਆਜ਼ਾਦ ਕਰਵਾਉਣ ਦੇ ਲਈ ਹਿੱਸਾ ਪਾ ਰਹੇ ਨੇ, ਤਾਂ ਉਮੀਦ ਹੈ ਬਹੁਤ ਜਲਦ ਜਿਹੜੀ ਹੈਗੀ ਆ ਇਹ ਥਾਂ ਸਿੱਖ ਕੌਮ ਦੇ ਹਵਾਲੇ ਹੋਊਗੀ, ਅਤੇ ਜਦੋਂ ਉਹ ਦਿਨ ਦੂਰ ਨਹੀਂ ਹੈ ਜਦੋਂ ਇੱਥੇ ਜੈਕਾਰੇ ਲਗਾ ਕੇ ਅਸੀਂ ਆਪਣਾ ਅਸਥਾਨ ਆਪਣੀ ਕੌਮ ਦੇ ਹਵਾਲੇ ਕਰਾਂਗੇ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।